ਤੇ ਮੇਰੇ ਗੋਲ ਬਲੈਡਰ 'ਚ ਪੱਥਰੀਆਂ ਸੀਗੀਆਂ ਤੇ ਮੇਰਾ ਦਿਲ ਬਹੁਤ ਡਰਦਾ ਸੀਗਾ। ਮੇਰੇ ਰਿਲੇਟਿਵਸ ਨੇ ਮੈਨੂੰ ਦੱਸਿਆ ਕਿ ਡਾਕਟਰ ਜਸਮੀਤ ਸਿੰਘ ਜੀ ਕੋਲ ਜਾਓ, ਉਹਨਾਂ ਬਹੁਤ ਅੱਛੀ ਤਰ੍ਹਾਂ ਮੇਰੀ ਗੱਲਬਾਤ ਸੁਣੀ ਤੇ ਮੈਨੂੰ ਵੀ ਹੋਸ਼ ਹੀ ਕਰਿਓ, ਮੈਂ ਇੰਜੈਕਸ਼ਨ ਨਹੀਂ ਲਗਵਾਉਣਾ, ਕਹਿੰਦੇ ਕੋਈ ਗੱਲ ਹੀ ਨਹੀਂ। ਤੇ ਮੇਰਾ ਆਪਰੇਟ ਹੋਇਆ, ਹੁਣ ਬਿਲਕੁਲ ਮੈਂ ਠੀਕ ਹਾਂ, ਮੈਨੂੰ ਕੋਈ ਪ੍ਰੋਬਲਮ। ਮੇਰਾ ਨਾਮ ਨੀਲਮ ਹੈ, ਮੈਂ ਨਿਊਜ਼ੀਲੈਂਡ ਤੋਂ ਆਈ ਸੀਗੀ ਤੇ ਮੇਰੇ ਗੋਲ ਬਲੈਡਰ 'ਚ ਪੱਥਰੀਆਂ ਸੀਗੀਆਂ ਤੇ ਮੈਂ ਥੋੜ੍ਹੀ ਸ਼ੋਰਟ ਟਾਈਮ ਲਈ ਆਈ ਸੀਗੀ ਤੇ ਮੇਰਾ ਦਿਲ ਬਹੁਤ ਡਰਦਾ ਸੀਗਾ। ਮੇਰੇ ਰਿਲੇਟਿਵਸ ਨੇ ਮੈਨੂੰ ਦੱਸਿਆ ਕਿ ਡਾਕਟਰ ਜਸਮੀਤ ਸਿੰਘ ਜੀ ਕੋਲ ਜਾਓ, ਉਹ ਬਹੁਤ ਅੱਛੇ ਹੈ। ਤੇ ਫਿਰ ਮੈਂ ਡਾਕਟਰ ਜਸਮੀਤ ਸਿੰਘ ਜੀ ਕੋਲ ਆਈ, ਉਹਨਾਂ ਦਾ ਬੋਲ ਚਾਲ ਬਹੁਤ ਅੱਛਾ, ਵੈਰੀ ਨਾਈਸ ਪਰਸਨ, ਉਹਨਾਂ ਬਹੁਤ ਅੱਛੀ ਤਰ੍ਹਾਂ ਮੇਰੀ ਗੱਲਬਾਤ ਸੁਣੀ। ਮੈਂ ਡਾਕਟਰ ਸਾਹਿਬ ਨੂੰ ਕਿਹਾ, ਡਾਕਟਰ ਸਾਹਿਬ ਮੈਂ ਡਰਦੀ ਬਹੁਤ ਹਾਂ ਤੇ ਮੈਨੂੰ ਵੀ ਹੋਸ਼ ਹੀ ਕਰਿਓ, ਮੈਂ ਇੰਜੈਕਸ਼ਨ ਨਹੀਂ ਲਗਵਾਉਣਾ, ਕਹਿੰਦੇ ਕੋਈ ਗੱਲ ਹੀ ਨਹੀਂ। ਫਿਰ ਡਾਕਟਰ ਸਾਹਿਬ ਨੇ ਮੈਨੂੰ ਜਲਦੀ ਹੀ ਟਾਈਮ ਦਿੱਤਾ ਤੇ ਮੇਰਾ ਆਪਰੇਟ ਹੋਇਆ। ਜਦੋਂ ਮੇਰਾ ਆਪਰੇਟ ਹੋਇਆ ਤਾਂ ਮੈਨੂੰ ਬਿਲਕੁਲ ਕੁਛ ਨਹੀਂ ਪਤਾ ਲੱਗਾ ਹੈਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਡਾਕਟਰ ਸਾਹਿਬ ਦਾ ਮੈਂ ਵਾਰ ਵਾਰ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਟ੍ਰੀਟਮੈਂਟ ਕੀਤਾ। ਇੱਥੋਂ ਦਾ ਸਟਾਫ ਬਹੁਤ ਅੱਛਾ, ਨੀਟ ਐਂਡ ਕਲੀਨ ਹਸਪੀਟਲ ਹੈਗਾ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਨੂੰ ਵੀ ਹੋਵੇ ਤੇ ਜ਼ਰੂਰ ਇਸ ਹਸਪੀਟਲ ਡਾਕਟਰ ਸਾਹਿਬ ਨੂੰ ਆ ਕੇ ਮਿਲੋ, ਬਹੁਤ ਅੱਛੀ ਤਰ੍ਹਾਂ ਟ੍ਰੀਟ ਕਰਨਗੇ।